ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਖੋਖਾ ਨੇੜੇ ਤੇਜ਼ ਰਫ਼ਤਾਰ ਟਿੱਪਰ ਅਤੇ ਕਾਰ ਦੀ ਆਮਣ ਸਾਹਮਣੀ ਭਿਆਨਕ ਟੱਕਰ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਪਰਿਵਾਰ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਗੁਰਦਾਸਪੁਰ ਤੋਂ ਕਲਾਨੌਰ ਜਾ ਰਹੇ ਸਨ ਅਤੇ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਵਿੱਚ ਜਾ ਵੱਜੇ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਤੇ ਰਾਹਗੀਰਾਂ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਗੁਰਦਾਸਪੁਰ ਤੋਂ ਕਲਾਨੌਰ ਆ ਰਹੀ ਸੀ। ਜਦ ਇਹ ਪਿੰਡ ਖੋਖਾ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਮਿੱਟੀ ਦੇ ਨਾਲ ਭਰੇ ਟਿੱਪਰ ਦੇ ਨਾਲ ਜਾ ਟਕਰਾਈ। ਇਸ ਘਟਨਾ ਦੇ ਵਿੱਚ ਕਾਰ ਚਾਲਕ ਵਿਕਰਮ ਮਸੀਹ ਅਤੇ ਉਸ ਦੇ ਨਾਲ ਬੈਠੀਆਂ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਸਾਲਾ ਬੱਚੀ ਕ੍ਰਿਸਟਿਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉਹਨਾਂ ਦੱਸਿਆ ਕਿ ਟੱਕਰੀ ਇੰਨੀ ਭਿਆਨਕ ਸੀ ਕਿ ਕਾਰ ਦੇ ਉੱਪਰ ਖਾਚੇ ਉੱਡ ਗਏ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਗਭਗ ਇੱਕ ਘੰਟੇ ਪਹਿਲਾਂ ਦੀ ਗੱਲ ਆ, ਇੱਧਰੋਂ ਜੋੜੇ ਸਾਈਡ ਤੋਂ ਇੱਕ ਟਿੱਪਰ ਆ ਰਿਹਾ ਸੀਗਾ ਅਤੇ ਸ਼ਾਇਦ ਕਿਸੇ ਦੂਸਰੇ ਵਹੀਕਲ ਦਾ ਝਾਕਾ ਲੱਗਾ ਵਾ। ਗੁਰਦਾਸਪੁਰ ਸਾਈਡ 'ਤੇ ਇੱਕ ਆਲਟੋ ਕਾਰ ਆ ਰਹੀ ਸੀਗੀ, EB 46 ਨੰਬਰ, ਤਰਨ ਤਾਰਨ ਸਾਈਡ ਦੀ ਲੱਗਦੀ ਹੈ। ਕਿਸੇ ਨੂੰ ਬਚਾਉਂਦੇ ਬਚਾਉਂਦੇ ਆਲਟੋ ਕਾਰ ਦੇ ਵਿੱਚ ਟਿੱਪਰ ਦੀ ਟੱਕਰ ਹੋ ਗਈ, ਜਿਹਦੇ ਵਿੱਚ ਛੋਟਾ ਕੱਟੜਾ ਕਲਾਂ ਸਾਈਡ 'ਤੇ 4 ਜੀ ਸੀ ਜੋ ਦਵਾਈ ਲੈ ਕੇ ਸ਼ਾਇਦ ਇੱਧਰੋਂ ਗੁਰਦਾਸਪੁਰ ਸਾਈਡ ਤੋਂ ਆ ਰਹੇ, ਅਤੇ ਜਿਨ੍ਹਾਂ ਨੂੰ ਮੌਕੇ 'ਤੇ ਡੈਥ ਹੋ ਗਈ ਉਹਨਾਂ ਦੀ, 4 ਦੀ ਮੇਬੀ ਸ਼ਾਇਦ ਅਜੇ ਤੱਕ ਤਾਂ ਲੱਗਦਾ ਵੈਸੇ ਹੋਸਪਿਟਲ ਭੇਜ ਦਿੱਤੇ, ਕਿਸੇ ਦੇ ਸਾਹ ਨਹੀਂ ਸੀ ਚੱਲ ਰਹੇ। ਇੱਕ ਬੱਚੀ ਸੀ ਉਹ ਇਹਨਾਂ ਦੇ ਵਿੱਚ ਥੱਲੇ ਆ ਗਈ ਸੀ, ਉਹਨੂੰ ਕਾਫੀ ਕਸ਼ਮਕਸ਼ ਦੇ ਨਾਲ ਉਹਨੂੰ ਕੱਢਿਆ ਗਿਆ। ਬੱਚੀ ਦੇ ਸਾਹ ਚੱਲ ਰਹੇ ਸੀਗੀ, ਉਹਨੂੰ ਸਭ ਤੋਂ ਪਹਿਲਾਂ ਸਿਵਲ ਹੋਸਪਿਟਲ। ਇਹ ਅਜੇ ਤੱਕ ਤਾਂ ਇੱਕੋ ਪਰਿਵਾਰ ਦੇ ਲੱਗ ਰਹੇ ਆ ਜੀ। ਨਹੀਂ ਅਜੇ ਹਾਲ ਦੀ ਘੜੀ ਦੀ ਕੋਈ ਨੰਬਰ ਨਹੀਂ ਹੈਗਾ ਕਰਕੇ ਆਈਡੈਂਟੀਫਾਈ ਅਤੇ ਟਿੱਪਰ ਦੇ ਮਾਲਕਾਂ ਬਾਰੇ ਪਤਾ ਕਰਕੇ ਕਾਰਵਾਈ ਕੀਤੀ ਜਾਊਗੀ। ਇਹ ਘਟਨਾ ਇਸ ਤਰ੍ਹਾਂ ਹੋਈ ਆ ਜੀ, ਇਹ ਕਲਾਨੌਰ ਸ਼ਹਿਰ ਤੋਂ ਨਾ ਇੱਕ ਟਿੱਪਰ ਮਿੱਟੀ ਵਾਲੀ ਆ ਰਹੀ, 6:25 ਕੋਈ 20-25 ਮਿੰਟ ਦੀ ਗੱਲ ਆ। ਅਤੇ ਇੱਧਰੋਂ ਅਲਟੋ ਕਾਰ ਆ ਰਹੀ ਸੀ ਗੁਰਦਾਸਪੁਰ ਵੱਲੋਂ, ਟਿੱਪਰ ਨੂੰ ਜਾਂ ਤਾਂ ਕੋਈ ਝਾਕਾ ਲੱਗਾ ਜਾਂ ਪਤਾ ਨਹੀਂ ਕੀ ਹੋਇਆ, ਉਹਨੇ ਆਪਣੇ ਡਰਾਈਵਰ ਸ਼ਰਟ ਕੱਢ ਕੇ ਅਲਟੋ ਕਾਰ ਨੂੰ ਨਾਲ ਹੀ ਲੈ ਕੇ ਧੂ ਗਏ ਅਤੇ ਜਿਹੜਾ ਵਾ ਉਹ ਆਪਣੇ ਥੱਲੇ ਲੈ ਲਿਆ ਵਾ। ਅਤੇ ਜਿਹੜਾ ਮੌਕੇ ਦੇ ਉੱਤੇ ਜਿਹੜੇ ਅਲਟੋ ਕਾਰ ਵਾਲੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ। ਉਹਨਾਂ ਦੇ ਵਿੱਚੋਂ ਇੱਕ ਬੱਚੀ ਨੂੰ ਬੜੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਕੱਢ ਕੇ ਸਰਕਾਰੀ ਹੋਸਪਿਟਲ ਗੁਰਦਾਸਪੁਰ ਭੇਜਤਾ, ਉਹਦੇ ਸ਼ਾਇਦ ਬਚਣ ਦੀ ਕੋਈ ਸੰਭਾਵਨਾ ਹੈ। ਬਾਕੀ ਇਹ ਹਾਦਸਾ ਜਿਹੜਾ ਵਾ ਬਹੁਤ ਖਤਰਨਾਕ ਆ ਅਤੇ ਬੜੀ ਜਦੋਂ ਜਾ ਦੇ ਨਾਲ 1-2 ਘੰਟੇ ਤੋਂ ਬਾਅਦ ਇਹ ਜਿਹੜੇ ਡੈਥ ਬਾਡੀਆਂ ਨੇ ਇਹ ਜਿਹੜੇ ਥੱਲਿਓਂ ਕੱਢੀਆਂ ਗਈਆਂ ਨੇ, ਚਾਰੇ ਜਾਣੇ ਮੌਕੇ 'ਤੇ ਮੌਤ ਹੋ ਗਈ। ਇਹ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਅਲਟੋ ਕਾਰ, ਟਿੱਪਰ ਕਲਾਨੌਰ ਸ਼ਹਿਰ ਤੋਂ ਆ ਰਿਹਾ। ਆਵਾਜ਼ੀ ਕੰਪਨੀ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।